ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਠੀਕ ਠਾਕ ਹੋ? ਹੁਣ ਤੁਹਾਨੂੰ ਜੋ ਮੈਂ ਦਿਖਾਉਣ ਜਾ ਰਿਹਾ, ਤੁਸੀਂ ਉਹ ਕਲਪਨਾ ਦੇ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਕਿਸਾਨ ਸਰਦਾਰ ਕਿੱਥੋਂ ਤੱਕ ਜਾ ਸਕਦੇ ਨੇ। ਅਤੇ ਜਦੋਂ ਹੌਸਲੇ ਹੋਣ ਬੁਲੰਦ, ਅਤੇ ਸਾਨੂੰ ਬਜ਼ੁਰਗਾਂ ਦਾ ਅਤੇ ਸਾਡੇ ਗੁਰੂਆਂ ਦਾ ਥਾਪੜਾ ਮਿਲਿਆ ਹੋਵੇ ਵੀ ਕਿਸੇ ਵੀ ਗੱਲ ਦੇ ਵਿੱਚ ਕਦੇ ਪਿੱਛੇ ਨਹੀਂ ਹਟਣਾ ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ, ਅਤੇ ਫਿਰ ਕਿਵੇਂ ਕੋਈ ਘਬਰਾ ਸਕਦਾ? ਸੋ ਅੱਜ ਤੁਹਾਨੂੰ ਜੋ ਚੀਜ਼ ਮੈਂ ਦਿਖਾਊਂਗਾ ਇਸ ਰਾਈਡ 'ਚ, ਜੋ ਤੁਹਾਡੇ ਨਾਲ ਤੁਹਾਡੇ ਲਈ ਲੈ ਕੇ ਆਇਆ, ਹਾਂਜੀ ਤੁਹਾਨੂੰ ਅਸੀਂ ਉਹ ਚੀਜ਼ ਦਿਖਾਉਣ ਜਾ ਰਹੇ ਹਾਂ। ਅੱਜ ਇੱਕ ਐਸੀ ਰਾਈਡ ਦਿਖਾਊਂਗਾ ਮੈਂ ਤੁਹਾਨੂੰ, ਏਅਰ ਬਲੂਨ, ਇਹਦੇ ਉੱਤੇ ਜਾ ਕੇ ਪ੍ਰਚਾਰ ਕਰਾਂਗੇ। ਅੱਜ ਕਿਸੇ ਕਾਰਨ ਕਰਕੇ ਛੁੱਟੀ ਸੀਗੀ, ਮਾਲਕ ਨੇ ਅੱਜ ਛੁੱਟੀ ਕੀਤੀ ਹੋਈ ਸੀਗੀ, ਪਰ ਜਿਹੜੇ ਕਰਿੰਦੇ ਸੀ ਉਹ ਇੱਥੇ ਹੀ ਸੀਗੇ, ਅਤੇ ਮੈਂ ਉਹਨਾਂ ਨੂੰ ਆ ਕੇ ਆਪਣੇ ਬਾਰੇ ਦੱਸਿਆ ਵੀ ਮੈਂ ਇੱਕ ਕਿਸਾਨ ਹਾਂ ਜੀ, ਅਤੇ ਮੇਰਾ ਮਕਸਦ ਆ ਪ੍ਰਚਾਰ ਕਰਨਾ, ਅਤੇ ਕਿਸਾਨੀ ਲਈ ਮੈਂ ਇਸ ਏਅਰ ਬਲੂਨ ਦੇ ਵਿੱਚ ਚੜ੍ਹ ਕੇ ਪ੍ਰਚਾਰ ਕਰਨਾ ਚਾਹੁੰਦਾ। ਉਹਨਾਂ ਨੂੰ ਬੜੀ ਖੁਸ਼ੀ ਹੋਈ। ਸੋ ਉਹ ਕਹਿੰਦੇ ਵੀ ਜੀ ਅੱਜ ਨਹੀਂ ਕੱਲ੍ਹ ਨੂੰ ਆਇਓ। ਮੈਂ ਨਹੀਂ, ਅੱਜ ਮੈਂ ਵਾਪਸ ਮੁੜਨਾ, ਮੇਰੇ ਲਈ ਇੰਨੇ ਕੀਤਾ ਜਾਵੇ। ਉਹਨਾਂ ਨੇ ਉਸੇ ਟਾਈਮ ਆਪਣੇ ਬੰਦਿਆਂ ਨੂੰ ਫੋਨ ਕੀਤਾ ਅਤੇ ਤਿਆਰੀਆਂ ਕਰਨ ਲਾ ਤੀਆਂ। ਆਹ ਦੇਖੋ ਤਿਆਰੀਆਂ ਹੋ ਰਹੀਆਂ, ਇਹ ਆ ਬਲੂਨ ਤਿਆਰ ਹੋ ਰਿਹਾ ਜਿਹਦੇ ਵਿੱਚ ਅੱਜ ਆਪਾਂ ਬੈਠਾਂਗੇ। ਸੋ ਦੇਖਿਓ ਨਜ਼ਾਰੇ, ਉੱਪਰ ਆਕਾਸ਼ ਦੇ ਵਿੱਚ ਜਹਾਜ਼ ਉੜੇ ਸੀਗੇ, ਅਤੇ ਅੱਜ ਆਪਾਂ ਇਸ ਬਲੂਨ ਦੇ ਰਾਹੀਂ ਪ੍ਰਚਾਰ ਕਰਾਂਗੇ। ਸੋ ਆਹ ਗੁਬਾਰਾ ਫਿੱਟ ਕਰ ਰਹੇ ਨੇ ਵੀਰ ਆਪਣੇ ਲਈ, ਬਹੁਤ ਵੱਡਾ ਗੁਬਾਰਾ ਹੁੰਦਾ ਇਹ। ਸੋ ਇਹ ਤਿਆਰੀ ਚੱਲ ਰਹੀ ਹੈ ਪੂਰੇ ਜ਼ੋਰਾਂ ਸ਼ੋਰਾਂ 'ਤੇ। ਦੇਖਿਓ ਅੱਜ ਫਿਰ ਉੜਦੇ, ਇਕੱਲਾ ਹੀ ਆਪਾਂ, ਅਤੇ ਜੇ ਕੋਈ ਹੋਰ ਆ ਗਿਆ ਸੱਜਣ ਤਾਂ ਚੜ੍ਹਾ ਲਾਂਗੇ। ਹਾਂਜੀ ਸਰ, ਕਿਵੇਂ ਆ ਜੀ? ਹਾਂਜੀ ਹਾਂਜੀ, ਮੈਂ ਹੀ ਫੋਨ ਕਰਿਆ ਸੀ ਤੁਹਾਨੂੰ। ਲਓ ਜੀ, ਮਾਲਕ ਆਪ ਵੀ ਪਹੁੰਚ ਗਏ ਵੀਰੋ ਨੀ। ਸੋ ਕਹਿੰਦੇ ਵੀ ਆ ਗਿਆ ਸੀ ਵੀ, ਹੁਣ ਸਾਡੀ ਫੁੱਲ ਸਪੋਰਟ ਕਰਨਗੇ ਜਿੰਨੀ ਵੀ ਆ। ਦੇਖਿਓ ਆਉਂਦੇ ਨਜ਼ਾਰੇ। ਸੋ ਦੇਖੋ ਇਹ ਹੁੰਦੀ ਆ, ਜੇ ਕਿਸੇ ਨੇ ਦਿਲੋਂ ਸਪੋਰਟ ਕਰਨੀ ਹੋਵੇ, ਇਹ ਹੁੰਦੀ ਆ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਸਹੀ ਰਾਹ ਹੋ, ਤਾਂ ਹਰ ਹੀਲੇ ਹਰ ਪਾਸਿਓਂ ਤੁਹਾਨੂੰ ਪਿਆਰ ਅਤੇ ਸਤਿਕਾਰ ਮਿਲਣ ਲੱਗ ਜਾਂਦਾ। ਇਹ ਰਾਈਡਸ ਜਿਹੜੀ ਆ ਉਹ ਮੈਨੂੰ ਕੋਈ ਲਗਭਗ 10,000 ਰੁਪਏ ਦੇ ਵਿੱਚ ਪੈਣੀ ਆ, ਕਿਉਂਕਿ ਰੀਜ਼ਨ ਇਹ ਆ ਬਹੁਤ ਮੇਰੇ ਲਈ ਤਾਮਜਾਮ ਕਰਨਾ ਪੈ ਗਿਆ ਇਹਨਾਂ ਨੂੰ। ਜੇ ਅੱਗੇ ਹੁੰਦੇ ਆ ਤਾਂ ਨਹੀਂ ਹੁੰਦਾ, ਪਰ ਇਹਨਾਂ ਨੇ ਦੱਸਿਆ ਕਿ ਅਸੀਂ ਸਾਰੀ ਲੇਬਰ ਵਾਲੇ ਮਜ਼ਦੂਰ ਵਾਲਿਆਂ ਨੂੰ ਬੁਲਾਉਣਾ ਪਿਆ ਮੈਨੂੰ। ਦੋ ਬੰਦੇ ਵੀਰ ਪਹਿਲਾਂ ਬੱਚੇ ਉਰੇ ਸੀਗੇ ਜਿਹੜੇ ਇੱਥੇ ਆ, ਅਤੇ 3 ਬੰਦੇ ਇਹ ਨਾਲ ਲੈ ਕੇ ਆਏ ਨੇ। ਸੋ ਇਹ ਹੁੰਦੀ ਆ। ਸੋ ਰਾਈਡਸ ਬਹੁਤ ਮਹਿੰਗੀ ਪਈ ਆ, ਪਰ ਕੋਈ ਗੱਲ ਨਹੀਂ, ਹੌਸਲੇ ਬੁਲੰਦ ਰੱਖੀਏ, ਕਿਉਂਕਿ ਹੌਸਲਿਆਂ ਨਾਲ ਸਾਰਾ ਕੁਛ ਹੁੰਦਾ। ਲਓ ਜੀ, ਭਰਨ ਲੱਗੇ ਨੇ ਹੁਣ ਹਵਾ ਬਲੂਨ ਦੇ ਵਿੱਚ। ਆਹ ਦੇਖੋ ਜੀ, ਅੰਦਰੋਂ ਗੁਬਾਰਾ ਬੁਲ ਰਿਹਾ।
ਦੇਖੋ ਜੀ ਬਹੁਤ ਵੱਡਾ ਹੋ ਜਾਂਦਾ, ਵਿਸ਼ਾਲ ਹੋ ਜਾਂਦਾ। ਲਓ ਜੀ ਗੈਸ ਭਰੀ ਜਾ ਰਹੀ ਆ ਅਤੇ ਗੈਸ ਭਰ ਕੇ ਬਲੂਨ ਉੱਪਰ ਉੜਨ ਲੱਗ ਗਿਆ, ਸ਼ੁਰੂ ਹੋ ਗਿਆ ਜੀ ਚੜ੍ਹਨ ਲੱਗਿਆ ਜੀ। ਹੁਣ ਆਪਾਂ ਰਲਾਵਾਂਗੇ ਹੁਣ ਆਕਾਸ਼ 'ਚ ਜਾ ਕੇ, ਜਿਵੇਂ ਜਹਾਜ਼ ਦੇ ਵਿੱਚ ਆਪਾਂ ਪ੍ਰਚਾਰ ਕਰਿਆ ਸੀਗਾ, ਅਤੇ ਹੁਣ ਆਪਾਂ ਪ੍ਰਚਾਰ ਕਰਾਂਗੇ ਇਸ ਏਅਰ ਬਲੂਨ ਦੇ ਵਿੱਚ, ਅਤੇ ਲੋਕਾਂ ਨੂੰ ਅਕੇਲੇ ਸਰ ਹਾਂਜੀ ਮੈਂ ਅਕੇਲੇ ਲੋਕਾਂ ਨੂੰ ਇਹ ਦੱਸਣ ਲਈ ਕਿ ਸਰਦਾਰ ਸਿੱਖ ਅਤੇ ਕਿਸਾਨ ਕਿਤੇ ਵੀ ਪਹੁੰਚ ਸਕਦੇ ਨੇ, ਅਤੇ ਉਹ ਕੋਈ ਵੀ ਐਸਾ ਰਸਤਾ ਨਹੀਂ ਛੱਡਣਗੇ ਜਿੱਥੇ ਅਸੀਂ ਪ੍ਰਚਾਰ ਨਹੀਂ ਕਰ ਸਕਦੇ, ਅਤੇ ਤਾਂ ਕਿ ਜੋ ਦੁਨੀਆ ਨੂੰ ਪਤਾ ਲੱਗ ਸਕੇ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਆ। ਸੋ ਮੈਂ ਹੁਣ ਏਅਰ ਬਲੂਨ ਦੇ ਰਾਹੀਂ ਜਾ ਰਿਹਾ ਉੱਪਰ ਜਾ ਕੇ ਹਿਮਾਚਲ। ਆਓ ਆਪਾਂ ਰਲ ਕੇ ਸਾਰੇ ਸਪੋਰਟ ਕਰੀਏ, ਸਹਿਯੋਗ ਦਈਏ ਕਿਸਾਨਾਂ ਨੂੰ। ਜਿਹੜੇ ਵੀਰ ਨਹੀਂ ਰਲੇ ਉਹ ਸਾਡੇ ਨਾਲ ਆ ਕੇ ਰਲ ਜਾਣ। 26 ਤਰੀਕ ਨੂੰ ਦਿੱਲੀ ਜਾਣ ਲਈ ਹਿਮਾਚਲ ਵਾਲੇ ਤਿਆਰ ਹੋ ਜਾਓ, ਤਾਂ ਕਿ ਜੋ ਜਿਹੜਾ 26 ਤਰੀਕ ਨੂੰ ਆ ਆਪਣਾ ਅੰਦੋਲਨ ਆ ਉਹ ਬਹੁਤ ਵੱਡੇ ਲੈਵਲ 'ਤੇ ਉਲੀਕਿਆ ਗਿਆ। ਲੜਾਂਗੇ ਆਪਾਂ ਐਂਡ ਤੱਕ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ, ਪਰ ਇੱਕ 26 ਦਾ ਪ੍ਰੋਗਰਾਮ ਆਪਾਂ ਨੇ ਬਣਾਇਆ ਪਰੇਡ ਦਾ, ਵੀ ਕਿਸਾਨਾਂ ਨੇ ਇੱਕ ਪਰੇਡ ਵੀ ਕਰਨੀ ਆ ਉਹਨਾਂ ਦੇ ਨਾਲ ਨਾਲ, ਜਿਹੜੀ ਭਾਰਤ ਦੀ ਪਰੇਡ ਆ, ਭਾਰਤ ਦੇ ਨਾਗਰਿਕ ਅਸੀਂ ਵੀ ਹਾਂ, ਅਸੀਂ ਪਰੇਡ ਕਰਨੀ ਆ ਸ਼ਾਂਤਮਈ, ਅਤੇ ਉਹਦੇ ਬਰੋਬਰ ਪਰੇਡ ਕਰਾਂਗੇ। ਇਹਦੇ ਲਈ ਮੈਂ ਸਪੈਸ਼ਲ ਇਹ ਚੜ੍ਹ ਰਿਹਾ ਉੱਪਰ, ਅਤੇ ਤੁਹਾਨੂੰ ਇਹ ਦਿਖਾਉਣ ਲਈ ਵੀ ਤਾਂ ਕਿ ਜੋ ਇਹ ਵੀ ਇੱਕ ਜ਼ਰੀਆ ਜਿਹੜਾ ਪ੍ਰਚਾਰ ਕਰਨ ਦਾ। ਚੇਨਈ ਦੇ ਬਹੁਤ ਸਾਰੇ ਥੱਲੇ ਯੁਵਾ ਆਏ ਹੋਏ ਸੀਗੇ ਜਿਹੜੇ ਚੇਨਈ ਦੇ ਵਿੱਚ ਵੀ ਸਾਨੂੰ ਸਪੋਰਟ ਕਰਦੇ ਨੇ, ਔਰ ਉਹਨਾਂ ਨੇ ਸਾਰਿਆਂ ਨੇ ਬਹੁਤ ਸਾਰਿਆਂ ਨੇ ਵੀਡੀਓ ਬਣਾਈ ਆ, ਅਤੇ ਉਹ ਚੇਨਈ ਦੇ ਵਿੱਚ ਵੀ ਸਾਡੀ ਵੀਡੀਓ ਜਿਹੜੀ ਆ ਉਹਨੂੰ ਪਹੁੰਚਾਉਣਗੇ। ਇੱਥੇ ਪਹੁੰਚਣ ਦਾ ਮਕਸਦ ਸੀਗਾ ਜਿਵੇਂ ਜਹਾਜ਼ ਰਾਹੀਂ ਪ੍ਰਚਾਰ ਕਰਿਆ, ਹੁਣ ਬਲੂਨ ਰਾਹੀਂ ਵੀ ਪ੍ਰਚਾਰ ਕਰਨ ਦਾ ਮਕਸਦ ਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਕਿਸਾਨ ਅਤੇ ਸਰਦਾਰ ਕਿਤੇ ਵੀ ਪਹੁੰਚ ਸਕਦੇ, ਕਿਤੇ ਵੀ ਜਾ ਸਕਦੇ। ਮੈਂ ਆਇਆ ਸੀ ਅੱਜ ਸਿਰਫ ਕੰਗਣਾਂ ਨੂੰ, ਜਿਹੜੀ ਕੰਗਣਾ ਰਣੌਤ ਸਰਦਾਰਾਂ ਨੂੰ ਸਿੱਖਾਂ ਨੂੰ ਅੱਤਵਾਦੀ ਬੋਲਦੀ ਆ ਉਹਦੇ ਵਾਸਤੇ ਮਨਾਲੀ ਦੇ ਵਿੱਚ ਉਹਦੇ ਘਰ ਮੂਹਰੇ ਲਲਕਾਰਾ ਮਾਰਨ, ਪਰ ਮੈਨੂੰ ਉੱਥੇ ਪੁਲਿਸ ਨੇ ਜਾਣ ਨਹੀਂ ਦਿੱਤਾ। ਰਾਤੀ ਮੈਨੂੰ ਅਰੈਸਟ ਵੀ ਕਰ ਲਿਆ ਸੀਗਾ, ਪਰ ਹੁਣ ਮੈਨੂੰ ਉੱਥੇ ਜਦੋਂ ਮੈਂ ਉਹਦੇ ਘਰ ਵੱਲ ਨੂੰ ਜਾ ਰਿਹਾ ਸੀਗਾ ਦੂਰ ਤੋਂ ਹੀ ਪੁਲਿਸ ਲੱਗੀ ਹੋਈ ਆ, ਉਹਦੇ ਘਰ ਨਹੀਂ ਜਾਣ ਦਿੰਦੀ, ਪਰ ਮੈਂ ਅੱਜ ਆ ਬਲੂਨ ਦੇ ਰਾਹੀਂ ਉਹਨੂੰ ਇਹ ਲਲਕਾਰਾ ਉਹਨੂੰ ਦੱਸ ਰਿਹਾ ਕਿ ਆਹ ਦੇਖ ਕੰਗਣਾ ਸਰਦਾਰ ਤੇਰੇ ਕੋਲ ਆਏ ਨੇ, ਦੇਖ ਤੇਰੇ ਘਰ ਇਹ ਮਹਿੰਦਰ ਕੌਰ ਜਿਹਨੂੰ 100-100 ਰੁਪਏ ਦੇ ਬਕਾਊ ਕਹਿੰਦੀ ਆ ਉਹਦੇ ਪੁੱਤ ਨੇ, ਆਹ ਦੇਖ ਸਪੈਸ਼ਲ ਇਕੱਲਿਆਂ ਨੇ ਆ ਜਿਹੜੀ ਆ ਏਅਰ ਬਲੂਨ ਦੇ ਵਿੱਚ ਚੜ੍ਹ ਕੇ ਪ੍ਰਚਾਰ ਕੀਤਾ, ਇਹ ਤੇਰੇ ਵਾਸਤੇ ਸਿਰਫ ਤੇਰੇ ਵਾਸਤੇ ਇਹ ਖਰਚ ਕੀਤਾ ਵੀ ਇੱਥੇ 100-100 ਰੁਪਇਆ ਲੈ ਕੇ ਧਰਨਿਆਂ ਦੇ ਜਾਣ ਵਾਲੇ ਨਹੀਂ, ਅਸੀਂ ਤਾਂ ਬਦਾਮਾਂ ਦੇ ਲੰਗਰ ਲਾਉਣ ਵਾਲੇ ਹਾਂ। ਮੈਂ ਕਦੇ ਸੁਣਿਆ ਹੋਣਾ ਬਦਾਮਾਂ ਦੇ ਲੰਗਰ ਚੱਲਦੇ, ਜਾਂ ਦੇਖ ਦਿੱਲੀ ਦੇ ਵਿੱਚ ਬਦਾਮਾਂ ਪੀਜ਼ਿਆਂ ਦੇ ਲੰਗਰ ਚੱਲਦੇ ਹੋਏ, ਤੁਸੀਂ ਕਦੇ ਨਹੀਂ ਕਿਸੇ ਨੂੰ ਕਦੇ ਰੋਟੀ ਘਰ ਦੇ ਵਿੱਚ ਆਪਣੇ ਨੌਕਰਾਂ ਨੂੰ ਵੀ ਦਿੱਤੀ ਹੋਊਗੀ ਕਿ ਨਹੀਂ ਦਿੱਤੀ ਹੋਊਗੀ, ਪਰ ਇੱਧਰ ਦੇਖ ਜਿਗਰੇ ਲੱਖਾਂ ਲੋਕ ਉਹਨੇ ਦਿੱਲੀ ਦੇ ਵਿੱਚ ਸਾਡੇ ਕਿਸਾਨ ਮਜ਼ਦੂਰ ਜਾਂ ਜਿਹੜੇ ਸੰਘਰਸ਼ ਕਰਨ ਆਏ ਨੇ ਉਹ ਨਹੀਂ ਰੋਟੀ ਖਾਂਦੇ ਹੋਣਗੇ, ਅਤੇ ਉਹ ਨਹੀਂ ਉਹਨਾਂ ਲੰਗਰ ਛਕਦੇ ਹੋਣੇ। ਦਿੱਲੀ ਦੇ ਲੋਕ ਆਲੇ ਦੁਆਲੇ ਜਿਹੜੇ ਕਰੋਨਾ ਦੇ ਕਾਰਨ ਕਰਕੇ ਉਹਨਾਂ ਦਾ ਕਾਰੋਬਾਰ ਦਾ ਨੁਕਸਾਨ ਹੋਇਆ, ਉਹਨਾਂ ਕੋਲ ਉਹਨਾਂ ਲੋਕਾਂ ਨੇ ਜਿੰਨਾ ਲੰਗਰ ਛਕਿਆ। ਕੰਗਣਾ ਤੈਨੂੰ ਲੱਗਦਾ ਕਿ ਸਰਦਾਰ ਕਿਸੇ ਚੀਜ਼ ਨਾਲੋਂ ਘੱਟ ਨੇ? ਨਾ ਸਰਦਾਰ ਘੱਟ ਨੇ ਅਤੇ ਨਾ ਕਿਸਾਨ ਘੱਟ ਨੇ, ਕਿਸਾਨ ਅੱਜ ਪੂਰੇ ਹਿੰਦੁਸਤਾਨ ਦਾ ਇੱਕ ਹੋ ਗਿਆ। ਵੀਡੀਓ ਰੋਜ਼ ਚੈੱਕ ਕਰ ਵੀ ਕਿਸਾਨ ਕਿੱਥੇ ਕਿੱਥੇ ਤੱਕ ਪਹੁੰਚ ਕਰ ਰਿਹਾ। ਸੋ ਤੇਰੇ ਮਨਾਲੀ 'ਚਾਂ
ਆ ਤੇਰਾ ਬਲੂਨ ਆ 70 ਮੀਲ 'ਤੇ ਜਦੋਂ ਤੁਸੀਂ ਹੈਗਾ ਬਲੂਨ, ਉੱਥੋਂ ਬੋਲ ਰਿਹਾ, ਲਲਕਾਰ ਰਿਹਾ ਤੈਨੂੰ, ਹੈ ਨਾ। ਅਤੇ ਸੋ ਆਪਣੀ ਅਕਲ ਨੂੰ ਮੱਤ ਮਾਰ। ਉਹਦੇ ਮਾਪਿਆਂ ਨਾਲ ਮੈਂ ਗੱਲ ਕਰਨਾ ਚਾਹੁੰਦਾ ਸੀ ਇੱਕ ਐਜ ਏ ਕਿਸਾਨ ਦੇ ਰੂਪ ਦੇ ਵਿੱਚ, ਵੀ ਆਪਣੀ ਧੀ ਨੂੰ ਸਮਝਾਉਣ, ਅਕਲ ਕਰਨ। ਕਿਸੇ ਨੇ ਕਿਹਾ, ਕਹਿੰਦਾ ਉਹਦੀ ਜੇ ਧੀ ਗਲਤ ਰਾਹ ਚੱਲਦੀ ਹੋਵੇ ਕਿਸੇ ਦਾ ਧੀ ਪੁੱਤ, ਉਹਦੇ ਮਾਂ ਪਿਓ ਨੂੰ ਜਾ ਕੇ ਸਮਝਾਓ। ਮੈਂ ਉਹ ਸਮਝਾਉਣ ਆਇਆ ਸੀਗਾ, ਸੋ ਇਸ ਕਰਕੇ ਮੈਨੂੰ ਉਹ ਮਿਲੇ ਨਹੀਂ ਹੈਗੇ। ਕਾਲੇ ਕਾਨੂੰਨਾਂ ਨੂੰ ਵਾਪਸ ਕਰੋ। ਕਿਸਾਨ, ਮਜ਼ਦੂਰ, ਗ੍ਰਾਹਕ, ਏਕਤਾ ਜਿੰਦਾਬਾਦ। ਜਿੰਨਾ ਚਿਰ ਜਿਨ੍ਹਾਂ ਨੇ ਬਣਾਏ ਨੇ ਉਹਨਾਂ ਨੂੰ ਇਹ ਵਾਪਸ ਕਰਨੇ ਪੈਣਗੇ। ਅਸੀਂ ਕਿਸੇ ਕੋਲੋਂ ਹੋਰ ਮੰਗ ਨਹੀਂ ਕਰ ਰਹੇ, ਇਹਨਾਂ ਕਾਲੇ ਤਿੰਨਾਂ ਕਾਨੂੰਨਾਂ ਨੂੰ ਤੁਸੀਂ ਵਾਪਸ ਕਰ ਦਿਓ। ਹਾਂਜੀ, ਬਲੂਨ ਵਾਲੇ ਵੀਰ ਨੇ, ਸਾਰੀ ਟੀਮ ਇਹ, ਉਹ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕਰੀ ਇਸ ਰਾਈਡਸ 'ਚ ਲੈ ਕੇ ਗਏ, ਅਤੇ ਤਾਂ ਕਿ ਜੋ ਮੈਂ ਆਪਣੀ ਗੱਲ ਇੰਨੀ ਉੱਪਰ ਵੀ ਰੱਖ ਸਕਾਂ। ਸੋ ਇਹਨਾਂ ਵੀਰਾਂ ਦੇ ਕਰਕੇ ਆਪਾਂ ਇਹ ਗੱਲ ਰੱਖੀ ਆ। ਸੋ ਇੱਕ ਨਾਰਾ ਮਾਰਾਂਗੇ ਸਾਰੇ ਜਣੇ ਰਲ ਕੇ, ਸਾਥ ਦਿਓ, ਕਿਸਾਨ ਮਜ਼ਦੂਰ ਗ੍ਰਾਹਕ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਗ੍ਰਾਹਕ ਏਕਤਾ ਜਿੰਦਾਬਾਦ, ਬੋਲੇ ਸੋਨਿਆਲ। ਲਓ ਜੀ, ਬੰਦ ਕਰਤੀ ਉਹਨਾਂ ਨੇ ਬਸ, ਸਿਰਫ ਆਪਣੇ ਲਈ ਉਹ ਖੋਲ੍ਹੀ ਸੀ, ਕਹਿੰਦੇ ਜਿੱਤ ਸਾਡੀ ਪੱਕੀ ਆ, ਹੌਸਲੇ ਬੁਲੰਦ ਰੱਖਿਓ। ਕਿਸਾਨ ਵੀਰੋ, ਹਾਰਨਾ ਨਹੀਂ, ਝੁਕਣਾ ਨਹੀਂ, ਆਪਾਂ ਜਿੱਤ ਕੇ ਮੁੜਾਂਗੇ, ਇਹ ਗਰੰਟੀ ਆ। ਤੁਹਾਨੂੰ ਪਿੱਛੋਂ ਵੀ ਸਪੋਰਟ ਆ ਅਤੇ ਤੁਹਾਨੂੰ ਅੱਗੋਂ ਵੀ ਸਪੋਰਟ ਆ, ਬੇਫਿਕਰ ਹੋ ਜਾਇਓ। ਨਾਲ ਆ ਮਜ਼ਦੂਰ ਕਿਸਾਨ ਗ੍ਰਾਹਕ ਏਕਤਾ ਜਿੰਦਾਬਾਦ, ਮਜ਼ਦੂਰ ਕਿਸਾਨ ਗ੍ਰਾਹਕ ਏਕਤਾ ਜਿੰਦਾਬਾਦ।